ਮੈਨੂੰ ਦੇਖੋ, ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਖੇੜੇ ਪਿੰਡ ਦੇ ਵਿੱਚ, ਜਿਹੜੇ ਗਲਤ ਅਨਸਰ ਨੇ, ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ 'ਤੇ ਦੂਸ਼ਣਬਾਜ਼ੀ ਚੱਲਦੀ ਰਹੀ ਆ। ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ 'ਤੇ ਮਰ ਗਿਆ, ਅਤੇ ਦੋ ਜਾਣੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ। ਕਿਉਂਕਿ ਕੱਲ੍ਹ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ, ਜਿਹੜਾ ਉੱਥੇ ਮੌਜੂਦੀ 'ਤੇ ਮੌਜੂਦ ਸੀ IO, ਉਹਦੀ ਸ਼ਰਾਬ ਪੀਤੀ ਸੀ ਅਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ। ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ ਇੱਕ ਤਾਂ ਉਹਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ, ਇੱਕ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ 'ਤੇ ਵਾਰ ਵਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਅਤੇ ਜਿਨ੍ਹੇ ਦੇ ਸਮੁੱਚਾ ਪਿੰਡ ਖਿਲਾਫ ਆ, ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ 'ਤੇ ਬਣਦੀ ਕਾਰਵਾਈ ਕਰੋ, ਕਿਸੇ ਨੂੰ ਬਖਸ਼ਿਆ ਨਾ ਜਾਵੇ। ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ, ਪਰ ਜੋ ਮੁੰਡੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ਬਾਜ਼ੀ ਕਾਰਨ ਮੁੰਡਾ ਮਾਰਿਆ ਗਿਆ। ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ 302 ਦਾ ਬਚਿਆ ਉਹਨਾਂ 'ਤੇ ਉਹਨਾਂ ਬਣਦਾ ਆ। ਸੋ ਇਸੇ ਰੋਸ ਵਜੋਂ ਸਾਰੇ ਇਕੱਠੇ ਹੋਏ ਸੀ ਅਤੇ ਹੁਣ ਡਿਪਟੀ ਸਾਹਿਬ ਵੀ ਆਏ ਨੇ ਇੱਥੇ, ਆਸ਼ਵਾਸਨ ਉਹਨਾਂ ਨੇ ਦਿੱਤਾ ਇਹਨਾਂ ਨੂੰ ਅਤੇ ਉਸੇ ਗੱਲ ਦੀ ਵੇਟ ਕਰ ਰਹੇ ਹਾਂ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਘਰੇ ਜਾਣ, ਉਸ ਸਾਡੇ ਵੀਰ ਦਾ ਸੰਸਕਾਰ ਕਰਨ, ਅਤੇ ਜੋ ਪਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ਼ ਮਿਲਣਾ ਚਾਹੀਦਾ। ਹਾਂਜੀ, ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਅਤੇ 2 ਜ਼ਖਮੀ ਨੇ, ਅਤੇ ਉਹ ਜਾਣ ਬੁੱਝ ਕੇ ਹਿੱਟ ਕੀਤਾ ਉਹਨਾਂ ਨੌਜਵਾਨਾਂ ਨੂੰ, ਜਿਹਦੇ ਨਾਲ 2 ਜਿਹੜੇ ਜ਼ਖਮੀ ਹਾਲਤ ਮੇਰੇ ਖਿਆਲ ਸ਼ਾਇਦ PGI ਨੇ, PGI ਨੇ, ਅਤੇ ਇੱਕ ਦੀ ਮੌਤ ਹੋ ਗਈ ਹੈ। ਅਤੇ ਸਾਰਾ ਪ੍ਰਸ਼ਾਸਨ ਉਸ ਸੰਬੰਧ ਵਿੱਚ ਮਤਲਬ ਇਹ ਵੀ ਜੋ ਵੀ ਬਣਦੀ ਕਾਰਵਾਈ ਹੈ ਕਰਨ ਦੀ, ਤੁਹਾਨੂੰ ਪਤਾ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਛ ਕੀਤਾ, ਕ੍ਰਿਮੀਨਲ ਟਾਈਪ ਹੈਗਾ, ਪਹਿਲਾਂ ਵੀ ਉਹਦੇ ਪਰ ਕਈ ਪਰਚੇ ਹੈਗੇ ਨੇ, ਅਤੇ ਪ੍ਰਸ਼ਾਸਨ ਨੂੰ ਸਾਰਾ ਇਹੀ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉੱਥੇ ਪੂਰੀ ਉੱਥੋਂ ਕਾਰਵਾਈ ਕੀਤੀ ਜਾਵੇ। ਨਸ਼ਿਆਂ ਦੇ ਮਾਮਲੇ ਰੁਕਦਾ ਨਾਮ ਨਹੀਂ ਲੈ ਰਹੀ ਜੀ ਪੰਜਾਬ ਦੇ ਵਿੱਚ ਵੀ। ਦੇਖੋ ਜੀ, ਸਾਰੀਆਂ ਕੋਸ਼ਿਸ਼ਾਂ ਚੱਲਦੇ, ਤੁਸੀਂ ਵੀ ਨਾਲ ਹੋ, ਇੱਕ ਵੱਡਾ ਕੋਹੜ ਆ ਅਤੇ ਵੱਡੇ ਟਾਈਮ ਤੋਂ ਫੈਲਿਆ ਹੋਇਆ, ਅਤੇ ਸਾਡੀਆਂ ਕੋਸ਼ਿਸ਼ਾਂ ਚੱਲੀਆਂ ਨੇ, ਅੱਗੇ ਵੀ ਪਿੱਛੇ ਗੁਜ਼ਾਰੀ ਜ਼ਰੂਰ ਹੋਈ ਹੈ, ਪਰ ਇਹ ਹਟਦੇ ਨਹੀਂ ਹੈਗੇ, ਇਹ ਜਦੋਂ ਸਾਰਾ ਮਤਲਬ ਖਤਮ ਜਦੋਂ ਆਪਾਂ ਕਰਨਾ ਰਲ ਕੇ ਹੀ ਹੋਣਾ, ਮਤਲਬ ਪ੍ਰਸ਼ਾਸਨ ਦੀ ਗੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਹੈ, ਤੁਹਾਨੂੰ ਪਤਾ ਵੀ ਪਿੱਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਹੋ ਚੁੱਕੇ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਇਹ ਦੇਖੋ ਬੜੀ ਦੁੱਖ ਦਾ ਸਮਝਦਾ, ਆਪ ਦੁੱਖ ਹੋਇਆ ਹੈ ਨਾ ਕਿਸੇ ਪਰਿਵਾਰ 'ਚ ਜਦੋਂ ਮੈਂਬਰ ਚਲੇ ਜਾਂਦਾ। ਬੱਚੀਆਂ ਨੇ ਉਹਦੀਆਂ ਕੀ ਹੈ ਜਿਹੜਾ ਜੇ ਬਤਾਇਆ ਇਹਦੇ ਬਾਰੇ, ਜਿਹੜੇ ਪੁਲਿਸ ਦੇ ਖਿਲਾਫ਼ ਕਾਰਵਾਈ ਕਰ ਕਹਿੰਦੇ ਆ ਇਸ ਵੇਲੇ, ਇਹਦੇ ਖਿਲਾਫ਼ ਇਹ ਹੈ ਜੀ, ਜਿਹੜਾ ਸਾਡਾ ਥਾਣੇਦਾਰ 'ਤੇ ਨਹੀਂ ਐਲੀਗੇਸ਼ਨ ਲਾਇਆ ਵੀ ਉਹਨਾਂ ਮਿਸਬਿਹੇਵ ਕੀਤਾ, ਸ਼ਰਾਬੀ ਹਾਲ ਦੇ ਵਿੱਚ ਸੀ ਉਹਨੂੰ, ਮੈਂ ਵੀ ਜੇਲ੍ਹ ਲਈ ਇੱਥੇ
ਉਹਨੂੰ ਪੁਲਿਸ ਲਾਈਨ ਡਿਪਾਰਟਮੈਂਟ ਇਨਕੁਆਇਰੀ ਦੀ ਸਸਪੈਂਸ਼ਨ ਦੀ ਸਿਫਾਰਿਸ਼ ਕਰਕੇ ਐਸ ਐਸ ਪੀ ਸਾਹਿਬ ਨੂੰ ਹੁਣੇ ਭੇਜਵਾ ਦੇ। ਨੰਬਰ ਇੱਕ। ਨੰਬਰ ਦੋ ਤੇ ਜਿਹੜਾ ਪਰਿਵਾਰ ਨੇ ਕਿਹਾ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ, ਅਸੀਂ ਮੌਕੇ ਦੇ ਨਹੀਂ ਸੀ, ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ਼ ਸਾਰਿਆਂ ਦੇ ਖਿਲਾਫ਼ ਪਰਚਾ ਦਰਜ ਕਰਾ ਕੇ ਅਤੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ। ਕੀ ਮਾਮਲਾ ਕੀ ਸੀ ਜੀ ਇਹ? ਇਹ ਮਾਮਲਾ ਜਿਵੇਂ ਹੁਣ ਗੱਡੀ ਉਹਨਾਂ ਵਿੱਚ ਮਾਰਕ ਹੈ ਬੰਦੇ ਦੀ, ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ, ਦੋ ਬੰਦੇ ਇੰਜਰਡ ਹੈ। ਇਹਨਾਂ ਦੇ ਪਰਿਵਾਰਕ ਤੌਰ ਤੇ ਮੈਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇੱਥੇ ਕੋਈ ਅੱਧਾ ਘੰਟਾ ਪਹਿਲਾਂ ਬੜੀ ਬੁੱਢੀ ਦੀ ਨੱਕਾ ਚੁੱਕੀ ਹੋਈ। ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਾਂ ਪਹਿਲਾਂ ਜੀ ਦੋ ਪੇਸ਼ੈਂਟ ਰੈਫਰ ਹੋ ਕੇ ਆਏ ਸੀਗੇ, ਉਹਦੇ ਵਿੱਚ ਇੱਕ ਦਾ ਨਾਮ ਕੁਲਵਿੰਦਰ ਸਿੰਘ ਸੀ, ਇੱਕ ਦਾ ਨਾਮ ਸੋਹਨ ਸਿੰਘ ਸੀ। ਕੁਲਵਿੰਦਰ ਸਿੰਘ ਦੀ ਡੈਥ ਹੋ ਗਈ ਸੀਗੀ ਅਤੇ ਜਿਹੜਾ ਸੋਹਨ ਸੀਗਾ ਉਹਦੇ ਜ਼ਿਆਦਾ ਇੰਜਰੀਆਂ ਸੀਗੀਆਂ, ਉਹਨੂੰ ਆਪਾਂ ਬੱਤੀ ਰੈਫਰ ਕਰਤਾ। ਅਤੇ ਇਹ ਮੇਰੇ ਕੋਲ ਤਕਰੀਬਨ 11 ਵਜੇ ਕੋਲ ਆਏ ਸੀਗੇ, ਅਤੇ ਮੇਰੇ ਕੋਲ ਤੀਜਾ ਪੇਸ਼ੈਂਟ ਵੀ ਆਇਆ ਸੀਗਾ ਜੋ ਤਕਰੀਬਨ 12 ਵਜੇ ਕੋਲ ਆਇਆ ਸੀਗਾ, ਅਤੇ ਉਹਦੇ ਸਟਿਚ ਲੱਗੇ ਹੋਏ ਸੀਗੇ ਅਤੇ ਉਹਨੂੰ ਮੈਂ ਐਡਮਿਟ ਕਰ ਲਿਆ। ਬਾਕੀ ਫਸਟ ਏਡ ਵਗੈਰਾ ਔਰ ਟ੍ਰੀਟਮੈਂਟ ਜਿਹੜਾ ਉਹ ਇੱਥੇ ਚੱਲਦਾ। ਡਾਕਟਰ ਸਾਹਿਬ ਗੱਲ ਕਰੀਏ, ਇੱਕ ਜ਼ਿਆਦਾ ਇੰਜਰਡ ਜਿਹਦੀਆਂ ਲੱਤਾਂ ਬਾਹਾਂ ਟੁੱਟੀਆਂ, ਇੱਥੇ ਪੇਸ਼ੈਂਟ ਪਿਆ, ਅਤੇ ਉਹ ਕਿੱਦਾਂ ਪੁਜੀਸ਼ਨ ਆਉਂਦੀ ਹੈ ਜੀ? ਠੀਕ ਹੈ ਸਰ, ਬਾਕੀ ਆਪਾਂ ਐਕਸਰੇ ਰਿਪੋਰਟਸ ਜਾਂ ਜੋ ਵੀ ਪਤਾ ਰਿਪੋਰਟ ਉਹ ਤੋਂ ਬਾਅਦ ਸਾਨੂੰ। ਅਤੇ ਜਿਹੜਾ ਰੈਫਰ ਕੀਤਾ ਗਿਆ ਉਹਦਾ ਕੀ ਨਾਮ ਆ? ਸਰ ਉਹਦਾ ਨਾਮ ਸੋਹਨ ਸਿੰਘ। ਉਹ ਕਿੱਥੇ ਰੈਫਰ ਕੀਤਾ ਜੀ? ਬੱਤੀ। ਇਹ ਡੈਥ ਹੋਈ ਹੈ ਅਤੇ ਉਹਦਾ ਕੀ ਨਾਮ ਆ ਜੀ? ਉਹਦਾ ਨਾਮ ਕੁਲਵਿੰਦਰ ਸਿੰਘ। ਅਤੇ ਕਿੰਨੀ ਕੁ ਉਮਰ ਹੈਗੀ ਹੈ ਜੀ? ਸਰ ਉਹ ਤਕਰੀਬਨ 40 ਸਾਲ ਦਾ ਹੋਗਾ ਕੁਲਵਿੰਦਰ ਸਿੰਘ। ਅਤੇ ਬਰੋਡ ਡੈਡ ਹੀ ਆਇਆ ਸੀ? ਬਰੋਡ ਡੈਡ ਆਇਆ ਸੀ। ਜਿਹੜਾ ਦੂਸਰਾ ਆਇਆ ਉਹ ਮੇਰੇ ਕੋਲ 12 ਵਜੇ ਦੇ ਕਰੀਬ ਆਇਆ।